ਗੁਰਦਾਸਪੁਰ ਦੇ ਪਿੰਡ ਜੰਗ ਸ਼੍ਰੀ ਵਿੱਚ ਵਾਰਤਾ ਤਾਂ ਹੋਈ ਹੈ, ਜਿੱਥੇ ਜ਼ਮੀਨ ਦੇ ਚੱਲਦੇ ਵਿਦੇਸ਼ ਤੋਂ ਆਏ ਚਾਚੇ ਦੇ ਇਕਲੌਤੇ ਪੁੱਤ ਨੂੰ ਤਾਏ ਦੇ ਮੁੰਡੇ ਨੇ ਕਤਲ ਕਰ ਦਿੱਤਾ। ਕਾਤਿਲ ਹੁਣ ਫਰਾਰ ਹੈ। ਚਾਚੇ ਦੇ ਇਕਲੌਤਾ ਮੁੰਡਾ ਹਲੇ ਵਿਦੇਸ਼ ਤੋਂ ਵਾਪਸ ਆਇਆ ਹੀ ਸੀ। ਜ਼ਮੀਨ ਦੇ ਚੱਲਦਿਆਂ ਤਾਏ ਦੇ ਮੁੰਡੇ ਨੇ ਚਚੇਰੇ ਭਾਈ ਨੂੰ ਮਾਰ ਦਿੱਤਾ। ਹੁਣ ਉਹ ਫਰਾਰ ਹੋ ਚੁੱਕਿਆ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਅਮਨਜੀਤ ਸਿੰਘ ਜੀ, ਇਹ ਮੇਰਾ ਸਾਲਾ ਲੱਗਦਾ ਜੀ। ਇਹ ਸਰ ਇੱਦਾਂ ਘਟਨਾ ਵਾਪਰੀ ਹੈ ਕਿ ਜਿਹੜੀ ਆੜ ਪਾਈ ਸੀ ਨਾ, ਇਹ ਗੁਰਜੀਤ ਸਿੰਘ ਦੀ ਪੈਲੀ ਦੇ ਵਿੱਚ ਸੀਗੀ, ਅਤੇ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਜਿਹੜੀ ਹੈ ਮਤਲਬ ਆੜ ਹੈ, ਇਹ ਮਤਲਬ ਮੇਰੀ ਪੈਲੀ 'ਚ ਹੈ ਅਤੇ ਮੈਂ ਢਾਹ ਦੇਣੀ ਹੈਗੀ ਹੈ। ਅਤੇ ਉਹ ਉਹਨੇ ਆਪਣੀ ਆੜ ਢਾਹ ਦਿੱਤੀ ਅਤੇ ਇਹਨੇ ਮਤਲਬ ਉੱਥੋਂ ਹੱਥੋਂ ਪਾਈ ਹੋਣੇ ਸ਼ੁਰੂ ਹੋ ਗਏ ਥੋੜ੍ਹੇ ਜਿਹੇ, ਅਤੇ ਹੱਥੋਂ ਪਾਏ ਸ਼ੁਰੂ ਹੋਣੇ। ਉਹਨੂੰ ਇਹ ਨਹੀਂ ਸੀ ਪਤਾ ਕਿ ਮੇਰੇ ਆਪਾਂ ਚਾਚੇ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਨੇ ਮੈਨੂੰ ਜਾਨੋਂ ਮਾਰ ਦੇਣਾ। ਅਤੇ ਉਹਨਾਂ ਨੇ ਫਿਰ ਸਾਰੇ ਪਰਿਵਾਰ ਨੇ ਰਲ ਕੇ, ਪੰਜ ਜੀ ਘਰਦੇ ਨੇ ਜੀ, ਪੰਜਾਂ ਰਲ ਕੇ ਪੈ ਗਏ ਇੱਕੋ ਵਾਰੀ ਇਕੱਠੇ, ਅਤੇ ਉਹ ਤੇਜ਼ ਧਾਰ ਨਾਲ ਉਹਨਾਂ ਨੇ ਮਤਲਬ ਵਾਰ ਕੀਤੇ ਅਤੇ ਉਹ ਮੁੰਡੇ ਦੀ ਡੈਥ ਹੋ ਗਈ। ਹਾਂਜੀ, ਮੌਕੇ 'ਤੇ ਨਹੀਂ, ਥੋੜ੍ਹਾ ਟਾਈਮ ਇੱਕ ਦੋ ਘੰਟੇ ਬਾਅਦ ਡੈਥ ਹੋ ਗਈ। ਕੱਲ੍ਹ ਪਹਿਲਾਂ ਵੀ, ਅੱਜ ਤੋਂ 2-3 ਸਾਲ ਪਹਿਲਾਂ ਹੋਇਆ ਸੀ ਮਾੜਾ ਮੋਟਾ, ਅਤੇ ਕੋਈ ਰੰਜਿਸ਼ ਨਹੀਂ, ਕੋਈ ਕੁਛ ਨਹੀਂ ਸੀਗੇ, ਚਾਚੇ ਤਾਏ ਦੇ ਸੀਗੇ ਜੀ। ਇਸ ਕਰਕੇ ਵੀ ਆ ਹੁਣ ਇਹਨਾਂ ਨੇ ਬਣਾ ਲਿਆ ਕਿ ਇਹਨੂੰ ਮਾਰਨਾ ਹੀ ਮਾਰਨਾ ਸੀ, ਅਤੇ ਇਹਨਾਂ ਨੇ ਸਾਰੇ ਪਰਿਵਾਰ ਨੇ ਰਲ ਕੇ ਇਕੱਠੇ ਹੋ ਗਏ ਹਮਲਾ ਕੀਤਾ ਜੀ। ਜਿਹੜਾ ਅੱਜ ਗੁਰਜੀਤ ਸਿੰਘ, ਹਾਂਜੀ ਇਹ, ਹਾਂਜੀ ਬਾਹਰੋਂ ਆਇਆ ਜੀ, ਇਹ ਪੁਰਤਗਾਲ ਗਿਆ ਜੀ। ਹਾਂਜੀ, ਸਿਰਫ ਆੜ ਤੋਂ ਗਏ ਸੀ। ਉਹਨੇ ਕਿਹਾ ਕਿ ਮੇਰੀ ਪੈਲੀ 'ਚ ਮੈਂ ਢਾਹਤੀ ਆ, ਵੀ ਮੈਂ ਤੇਰਾ ਲੈਣਾ ਦੇਣਾ ਕੁਛ ਨਹੀਂ ਹੈਗਾ, ਇਹ ਮੇਰੀ ਪੈਲੀ 'ਚ। ਉਹ ਕਹਿੰਦਾ ਨਹੀਂ, ਇਹ ਆੜ ਮੇਰੀ ਪੈਲੀ 'ਚ, ਪਰ ਹੈ ਗੁਰਜੀਤ ਸਿੰਘ ਦੀ ਪੈਲੀ 'ਚ ਸੀਗੀ। ਗੁਰਜੀਤ ਸਿੰਘ ਦੀ 34 ਸਾਲ ਦੀ ਉਮਰ ਹੈ ਜੀ। ਮੰਗ ਇਹ ਆ ਜੀ, ਮੈਂ ਤਾਂ ਕਹਿੰਦਾ ਜਿਹੜੀ ਤੁਸੀਂ ਕਹਿੰਦੇ ਆ ਸਜ਼ਾ ਜਿਹੜੀ ਆ, ਜਿਹੜੀ ਉਮਰ ਕਹਿ, ਮੈਂ ਕਹਿੰਦਾ ਛੋਟੀ ਆ ਜੀ, ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ, ਕਿਉਂਕਿ ਅਸੀਂ ਇਸ ਕਰਕੇ ਮੰਗ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਘਰ ਦਾ ਚਿਰਾਗ ਬੁਝਾ ਛੱਡਿਆ ਜੀ। ਹਾਂਜੀ, ਉਹ ਤਾਏ ਦਾ ਮੁੰਡਾ ਸੀਗਾ ਜੀ, ਅਤੇ ਤਾਏ ਦਾ ਮੁੰਡਾ ਸੀਗਾ, ਉਹਦੀ ਮਦਰ ਸੀਗੀ, ਉਹਦੀ ਵਾਈਫ ਸੀਗੇ, 2 ਲੜਕੀਆਂ ਸੀ ਉਹਨਾਂ ਦੀਆਂ, 5 ਜਣੇ ਸੀਗੇ ਜੀ, ਉਹਨਾਂ ਇਕੱਠਿਆਂ ਨੇ ਹਮਲਾ ਕੀਤਾ। ਮੇਰਾ ਸੁਖਜਿੰਦਰ ਸਿੰਘ, ਉਹ ਮਾਨ ਲਓ ਇਹਨਾਂ ਦੇ ਜ਼ਮੀਨ 'ਤੇ ਰਜਿਸਟਰ ਕਰਕੇ ਕੱਲ੍ਹ ਸ਼ਾਮ ਨੂੰ ਕੋਈ ਇਹਨਾਂ ਦਾ ਥੋੜ੍ਹਾ ਝਗੜਾ ਹੋਇਆ ਪੈਲੀ ਵਿੱਚ, ਉਹ ਤੋਂ ਬਾਅਦ ਇਹ ਮੁੰਡਾ ਜਿਹੜਾ ਗੁਰਪ੍ਰੀਤ ਆ ਰਿੰਕੂ, ਇਹਨੇ ਮੁੰਡੇ ਉਹਦੀ ਗੱਡੀ ਭੰਨੀ, ਗੁਰਜੀਤ ਸਿੰਘ ਦੀ ਗੱਡੀ ਭੰਨਣ ਬਾਅਦ 1 ਘੰਟੇ ਤੋਂ ਬਾਅਦ ਫਿਰ ਇਹਦੇ ਅਟੈਕ ਕੀਤਾ ਸਾਰੇ ਪਰਿਵਾਰ ਨੇ, ਵਿੱਚ 5 ਜਣੇ ਆ ਪਰਿਵਾਰ ਦੇ, 2 ਇਹਦੀ ਮਾਂ ਆ, ਮੁੰਡੇ ਦੀ ਜਨਾਨੀ ਆ, 2 ਕੁੜੀਆਂ। ਜਿਹੜਾ ਮੁੰਡੇ ਦੀ ਮੌਤ ਹੋਈ ਆ, ਉਹਦੇ ਪਰਿਵਾਰ 'ਚ ਕੌਣ ਹੈ ਜੀ? ਉਹ ਇਹਦਾ ਉਹਦੇ ਇਸ ਟਾਈਮ ਉਹਦੀ ਮਦਰ ਹੀ ਇਸ ਟਾਈਮ ਉੱਥੇ ਚਰਚੀ, ਅਤੇ ਉਹਦਾ ਮੁੰਡਾ, ਦੋਨੇ ਮਾਂ ਪੁੱਤ ਰਹਿ ਰਹੇ ਆਪਣੇ ਕੋਲ। ਉਹ ਪੈਲੀ ਦਾ ਹੀ ਹੋਇਆ ਕੋਈ, ਇਹਨਾਂ ਦਾ ਕੋਈ ਪਤਾ ਨਹੀਂ, ਵੱਟ ਪੰਨੇ ਦਾ ਕੋਈ ਝਗੜਾ। ਹਾਂਜੀ, ਹਾਂ ਮੁੰਡਾ ਬਾਹਰੋਂ ਆਇਆ, 15 ਦਿਨ ਹੋ ਗਏ ਨਹੀਂ। ਧੰਨਵਾਦ। ਕਾਰਵਾਈ ਉਹ ਫਿਰ ਮੰਗ ਵੀ ਇਹਨਾਂ ਨੂੰ ਹੋਣੀ ਚਾਹੀਦੀ, ਜੋ ਕਾਰਵਾਈ ਬਣਦੀ ਇਹਨਾਂ 'ਤੇ ਹੋਣੀ ਚਾਹੀਦੀ ਪੂਰੀ। ਉਹਨਾਂ ਦਾ ਚਿਰਾਗ ਬੋਝਿਆ, ਇਕੱਲਾ ਮੁੰਡਾ ਸੀਗੇ, ਜਿਹੜੀਆਂ 2 ਭੈਣਾਂ ਵਾ ਉਹ ਬਾਹਰ ਵਿਆਹੀਆਂ ਵਿਚਾਰੀਆਂ, ਉਹਦਾ ਚਿਰਾਗ ਹੀ ਬੁੱਝ ਗਿਆ ਘਰ ਦਾ, ਅਤੇ ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਪਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।